रेलवे स्टेशन के नजदीक एक होटल चो लाश मिलन तो बाद सनसनी फैल गई है। लाश एक व्यक्ति दसी जा रही है जिसके दोस्त से ही उसकी हत्या करन दा दोष है। दसिया जा रहा है कि दो दिन पहला दोनों दोस्त होटल के कमरे में रुके सन ते उन्हां चो एक दो दिन पहला ही चला गया सी। लाश मिलन तो बाद पुलिस ने मामले की जांच शुरू कर दी है। रेलवे स्टेशन के नज़दीक एक निजी होटल के दो दिन पहला दो लोग रुकन लई आए सन, जिन्हां विचों एक मौके तो चला गया ते होटल मैनेजर नूं इह कह के गया कि उसका साथी बीमार है ते उसनूं परेशान ना किया जाए। दो दिन बाद जदों कोई भी व्यक्ति होटल के कमरे चो बाहर नहीं निकलिया तो अज पुलिस की मौजूदगी विच कमरा खोलिया गया तो अंदर एक अधेड़ व्यक्ति की लाश पई सी। पुलिस ने मौके तो कुछ नशीलियां दवाइयां भी बरामद कीतियां ते मामले की जांच शुरू कर दिती है। होटल के सीसीटीवी कैमरे चैक किए जा रहे हैं ते व्यक्ति की आइडेंटिफिकेशन दियां कोशिशां शुरू हो गई हैं। ਭਾਅ ਜੀ ਇਹ 16 ਤਰੀਕ ਇੱਕ ਦੋ ਬੰਦੇ ਆਏ, ਪਹਿਲੇ ਰਾਤ ਨੂੰ 8:50 'ਤੇ ਬੁੱਕ ਕਰਾ ਕੇ ਚਲੇ ਗਏ। ਉਸ ਤੋਂ ਬਾਅਦ ਦੋ ਬੰਦੇ ਜਿਹਨੇ ਕਮਰਾ ਬੁੱਕ ਕੀਤਾ ਸੀ ਉਹ ਆਏ, ਮਿਸਟਰ ਸੰਦੀਪ ਅਤੇ ਮਿਸਟਰ ਮੇਖਾ ਰੋਹਿਤ ਜਾਂ ਰਾਹੁਲ ਨਾਮ ਦੇ, ਅਤੇ ਉਸ ਤੋਂ ਬਾਅਦ ਉਹ ਚਲੇ ਗਏ, ਮਤਲਬ ਕਿ ਰੂਮ ਦੇ ਵਿੱਚ ਗਏ ਅਤੇ ਉਹਨਾਂ ਨੇ ਨਿੰਬੂ ਪਾਣੀ ਮੰਗਵਾਇਆ ਬਸ, ਅਤੇ ਬਾਹਰੋਂ ਇੱਕ ਪੀਜ਼ਾ ਔਡਰ ਹੋ ਕੇ ਉਹਨਾਂ ਦਾ ਆਇਆ ਬਸ। ਉਸ ਤੋਂ ਬਾਅਦ ਉਹ ਕੱਲ੍ਹ ਸਵੇਰੇ ਉਹ ਜਿਹੜਾ ਬੰਦਾ ਸੰਦੀਪ ਸੀ ਉਹ ਆਇਆ ਅਤੇ ਇੱਥੇ ਰਿਸੈਪਸ਼ਨ 'ਤੇ ਕਹਿ ਕੇ ਗਿਆ ਕਿ ਮੁੰਡੇ ਦੀ ਤਬੀਅਤ ਖਰਾਬ ਹੈ ਅਤੇ ਤੁਸੀਂ ਰੂਮ ਸਫਾਈ ਕਰਨ ਵਾਲਾ ਆ ਰਿਹਾ ਤਾਂ ਸਫਾਈ ਨਾ ਕਰਾਈਓ, ਉਹ ਕਹਿ ਕੇ ਗਿਆ। ਅਤੇ ਇੱਥੇ ਭਾਈ 16 ਰਾਤ ਨੂੰ, ਅਤੇ ਉਸ ਤੋਂ ਬਾਅਦ ਉਹ ਕਹਿ ਕੇ ਤੁਸੀਂ ਨਾ 1000 ਰੁਪਏ ਐਡਵਾਂਸ ਰੱਖ ਲਓ। ਅਤੇ ਮੇਰੇ ਮੁੰਡੇ ਨੇ ਪੁੱਛਿਆ ਰਿਸੈਪਸ਼ਨ ਵਾਲੇ ਨੇ ਕਿ ਤੁਸੀਂ ਰੂਮ ਕੰਟੀਨਿਊ ਕਰਨਾ, ਕਹਿੰਦਾ ਹਾਂਜੀ ਰੂਮ ਕੰਟੀਨਿਊ ਕਰਨਾ ਸੀ, ਅਤੇ ਉਹ ਕਹਿ ਕੇ ਚਲਾ ਗਿਆ। ਅਤੇ ਕਹਿੰਦਾ ਤੁਸੀਂ ਅੰਦਰ ਕਿਸੇ ਨੂੰ ਭੇਜਿਓ ਨਾ, ਇਹ ਕਹਿ ਕੇ ਗਿਆ। ਫਿਰ ਅਸੀਂ ਕਿਸੇ ਨੂੰ ਭੇਜਿਆ ਵੀ ਨਹੀਂ, ਨਾ ਉਹ ਰੂਮ ਦਾ ਕੋਈ ਉਹਨੇ ਔਡਰ ਦਿੱਤਾ, ਕੁਛ ਨਹੀਂ ਕੀਤਾ। ਅੱਜ ਸਵੇਰੇ ਜਦੋਂ ਅਸੀਂ ਸਾਡੀ ਰੂਟੀਨ ਹੁੰਦੀ ਹੈ ਕਿ ਜਿਹੜੇ 11 ਦੇ ਨੇੜੇ ਤੇੜੇ ਅਸੀਂ ਫੋਨ ਕਰਨਾ ਹੁੰਦਾ, ਹਰੇ ਸਾਰੇ ਕਸਟਮਰ ਨੂੰ ਪੁੱਛਣਾ ਹੁੰਦਾ ਕਿ ਤੁਸੀਂ ਜਾ ਰਹੇ ਹੋ ਕਿ ਨਹੀਂ ਜਾ ਰਹੇ, ਤਾਂ ਉਸ ਸਮੇਂ ਅਸੀਂ ਆਪਣੇ ਰੂਮ ਅਲੋਟ ਕਰਨੇ ਹੁੰਦੇ ਆ। ਅਸੀਂ ਮੈਂ ਰਿਸੈਪਸ਼ਨ 'ਤੇ ਆਇਆ ਅਤੇ ਮੈਂ ਉਹਨੂੰ ਉਹਦੇ ਰੂਮ 'ਚ ਫੋਨ ਕੀਤਾ, ਫੋਨ ਚੱਕਿਆ ਨਹੀਂ। ਫਿਰ ਅਸੀਂ ਆਪਣੇ ਐਂਟਰੀ ਰਜਿਸਟਰ ਤੋਂ ਜਿਹੜਾ ਸੰਦੀਪ ਮੁੰਡਾ ਠਹਿਰਿਆ ਸੀ ਉਹਨੂੰ ਅਸੀਂ ਫੋਨ ਕੀਤਾ, ਕਹਿੰਦਾ ਭਾਅ ਜੀ ਮੈਂ ਤਾਂ ਆ ਗਿਆ ਅਤੇ ਤੁਸੀਂ ਕਮਰੇ ਜਾ ਕੇ ਪਤਾ ਕਰ ਲਓ। ਮੈਂ ਕਿਹਾ ਮੇਰੇ ਕੋਲ ਚਾਬੀ ਨਹੀਂ ਹੈਗੀ ਉਹਨਾਂ ਦੀ, ਕਹਿੰਦਾ ਤੁਸੀਂ ਡੁਪਲੀਕੇਟ ਚਾਬੀ ਨਾਲ ਖੋਲ ਕੇ ਦੇਖ ਲਓ। ਮੈਂ ਡੁਪਲੀਕੇਟ ਚਾਬੀ ਕੱਢੀ ਅਤੇ ਜਾ ਕੇ ਮੈਂ ਕਮਰੇ 'ਚ ਗਿਆ, ਚਾਬੀ ਲਾਈ ਅਤੇ ਅੰਦਰ ਸਮੈਲ ਆ ਰਹੀ ਸੀ, ਨਾਲ ਉਹ ਬੰਦਾ ਮੇਰਾ ਫੋਨ 'ਤੇ ਗੱਲ ਕਰ ਰਿਹਾ ਸੀ। ਅਤੇ ਮੈਂ ਕਿਹਾ ਤੂੰ 2 ਰੁਕ, ਮੈਂ ਤੇਰੇ ਨਾਲ ਜਾ ਕੇ ਦੇਖਦਾ। ਫੋਨ 'ਤੇ ਨਾਲ ਹੀ ਕੰਟੀਨਿਊ ਉਹਦੀ ਗੱਲਬਾਤ ਚੱਲ ਰਹੀ ਸੀ। ਮਾਮਲੇ ਦੀ ਜਾਂਚ ਕਰਨ ਪਹੁੰਚੀ ADCP ਪ੍ਰਗਿਆ ਜੈਨ ਨੇ ਇਸ ਬਾਰੇ ਬਹੁਤ ਹੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਹੀ ਵੱਡੇ ਖੁਲਾਸੇ ਹੋ ਸਕਦੇ ਹਨ। हमें अभी आधे घंटे पहले इन्फॉर्मेशन मिली, यहाँ होटल ओनर्स का फोन गया था कि एक अनआइडेंटिफाइड मेल एज अबाउट 45 ईयर्स ही हैज बीन फाउंड डेड इन हिज होटल रूम। सो एज सून एज वी गॉट द इन्फॉर्मेशन अपा इधर आ गए, नहीं तो पुलिस इज इन्वेस्टिगेटिंग द केस फ्रॉम ऑल द एंगल्स। जिमें भी साढ़े कोले होर कोई क्लूज सानू मिलेंगे आप तुहानू दस्सा। एज आई सैड 30 मिनट्स बैक ही हमें ये इन्फॉर्मेशन मिली है। फोरेंसिक एक्सपर्ट्स आर ऑन द सीन, साइबर एक्सपर्ट्स आर ऑन द सीन, वी आर इन्वेस्टिगेटिंग द केस फ्रॉम ऑल एंगल्स। कैमरा परसन मनीष कुमार दे नाल दिलबाग दानिश लुधियाना। वधेरी जानकारी लई लाइक करो साडे फेसबुक पेज नूं ते सबसक्राइब करो यूट्यूब चैनल नूं ते इंस्टाग्राम नूं फॉलो करना ना भुलियो।